ਦਾ ਨੇ ਆ ਕਿ ਸਾਨੂੰ ਚਿੱਠੀ ਦਿਓ ਸਾਨੂੰ ਇੱਕ ਸੂਚੀ ਦਿਓ ਜਿਹਦੇ ਵਿੱਚ ਦੱਸੋ ਕਿ ਭਗਵੰਤ ਸਿੰਘ ਮਾਨ ਕਿਹਨੂੰ ਕਿਹਨੂੰ ਹੱਥ ਪਾਉਣ ਨੂੰ ਫਿਰਦੇ ਆ ਇਹਦਾ ਮਤਲਬ ਇਹ ਹੋਇਆ ਕਿ ਰਾਜਾ ਬੜਿੰਗ ਜੋ ਸੂਚੀ ਭੇਜ ਦੇਣਗੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਹੱਥ ਆ ਉਹ ਬੰਨੇ ਜਾਣਗੇ ਜੀ ਪਤਾ ਇਹ ਲੱਗਾ ਕਿ ਜਿਹੜਾ ਚੰਨ ਸਿੰਘ ਚੰਨੀ ਇੰਨਾ ਗੜਕਦੇ ਫਿਰਦੇ ਆ ਉਹਦੇ ਪਿੱਛੇ ਵੀ ਇੱਕ ਜਿਹੜੀ ਬੈਕਗ੍ਰਾਉਂਡ ਆ ਉਹ ਇਹ ਦੱਸੀ ਜਾਂਦੀ ਆ ਸੋ ਭਗਵੰਤ ਸਿੰਘ ਮਾਨ ਹੁਣੀ ਇਹ ਗੱਲ ਜਿਹੜੀ ਆ ਸੈਂਟ ਆਪਣੇ ਹਾਈ ਕਮਾਂਡ ਦੀ ਮੰਨਦੇ ਆ ਕਿ ਨਹੀਂ ਮੰਨਦੇ ਇਹ ਵੱਖਰੀ ਗੱਲ ਆ ਪਰ ਪਤਾ ਇਹਦਾ ਜੋ ਜਿਹੜੀ ਇੱਕ ਚਿੱਠੀ ਆਈ ਆ ਵੇਣੂ ਗੋਪਾਲ ਦੀ ਰਾਜਾ ਬੜਿੰਗ ਨੂੰ ਉਹ ਜਿਹੜਾ ਇੱਕ ਸੰਕੇਤ ਆ ਕਿ ਮੁਹਿੰਮ ਜਿਹੜੀ ਆ ਉਹ ਬੰਦ ਹੋ ਸਕਦੀ ਆ ਪਰ ਇੱਥੇ ਗੱਲ ਦੱਸਦਾ ਕਿ ਪਹਿਲਾਂ ਜਿਹੜੀ ਭ੍ਰਿਸ਼ਟਾਚਾਰ ਮੁਹਿੰਮ ਖਿਲਾਫ਼ ਛੇੜੀ ਸੀਗੀ ਉਹਦੇ ਵਿੱਚ ਜਿਹੜੀ IAS ਲੋਬੀ ਸੀਗੀ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਭਗਵੰਤ ਸਿੰਘ ਮਾਨ ਦੇ ਹੱਥ ਆ ਬੰਨ ਦਿੱਤੇ ਸੀਗੇ ਤੇ ਹੁਣ ਜੇ ਭਗਵੰਤ ਸਿੰਘ ਮਾਨ ਦੇ ਹੱਥ ਬੰਨੇ ਜਾਂਦੇ ਆ ਇਹਦਾ ਮਤਲਬ ਇਹ ਕਿ ਭਗਵੰਤ ਸਿੰਘ ਮਾਨ ਜਿਸ ਇੱਕ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਹੋਏ ਆ ਕਿ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਛੇੜੀ ਆ ਉਹ ਆਹ ਪ੍ਰਸ਼ਨ ਹੀ ਹੈਗੇ ਜੇ ਉਸੇ ਭ੍ਰਿਸ਼ਟਾਚਾਰ ਮੁਹਿੰਮ 'ਚ ਆਪ ਉਲਝੇ ਰਹਿ ਜਾਂਦੇ ਆ ਤਾਂ ਉਹਨਾਂ ਦਾ ਜਿਹੜਾ ਗ੍ਰਾਫ ਆ ਉਹ ਬਹੁਤ ਜਿਹੜਾ ਆ ਹੇਠਾਂ ਆ ਸਕਦਾ ਸੋ ਭਗਵੰਤ ਸਿੰਘ ਮਾਨ ਇਸ ਗੱਲ ਨਾਲ ਸਹਿਮਤ ਹੁੰਦੇ ਆ ਕਿ ਨਹੀਂ ਹੁੰਦੇ ਪਤਾ ਨਹੀਂ ਪਰ ਇੱਥੇ ਤੁਹਾਡੇ ਧਿਆਨ 'ਚ ਮੈਂ ਹੋਰ ਲਿਆਉਂਦਾ ਕਿ ਪ੍ਰਤਾਪ ਸਿੰਘ ਬਾਜਵਾ ਹੁਣੀ ਪਿਛਲੇ ਦਿਨੀ ਜਦੋਂ ਇਹ ਗੱਲ ਚੱਲੀ ਸੀਗੀ ਕਿ 19 ਪਾਰਟੀਆਂ ਇਕੱਠੀਆਂ ਹੋ ਰਹੀਆਂ ਜਿਹੜਾ ਸੰਸਦ ਦਾ ਉਦਘਾਟਨ ਆ ਉਹਨੂੰ ਲੈ ਕੇ ਉਹਦੇ ਵਿਰੋਧ ਵਿੱਚ ਤਾਂ ਉਦੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਕਿ ਹਾਈ ਕਮਾਂਡ ਨੂੰ ਅਪੀਲ ਕੀਤੀ ਸੀ ਤੁਸੀਂ ਤਾਂ ਇਕੱਠੇ ਹੋ ਰਹੇ ਹੋ ਪਰ ਇੱਥੇ ਤਾਂ ਜਿਹੜੀ ਸਾਡੀ ਆ ਉਹ ਨਰਕ ਜ਼ਿੰਦਗੀ ਬਣੀ ਹੋਈ ਆ ਸਾਨੂੰ ਤਾਂ ਚੁਣ ਚੁਣ ਕੇ ਟੰਗਿਆ ਜਾ ਰਿਹਾ ਸੋ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਇਹ ਗੱਲ ਆ ਹੋ ਸਕਦਾ ਸੈਂਟਰ ਦੇ ਕੰਨਾਂ ਤੱਕ ਪੈ ਗਈ ਹੋਵੇ ਜਾਂ ਦੋਨਾਂ ਧਿਰਾਂ ਜਿਹੜਾ ਸਮਝੌਤਾ ਆ ਉਹ ਚੱਲ ਗਿਆ ਹੋਵੇ ਇਹ ਗੱਲ ਹੋਰ ਜਿਹੜੀ ਵੱਡੀ ਗੱਲ ਕਰਨ ਵਾਲੀ ਇਹ ਆ ਕਿ ਹੋ ਸਕਦਾ ਇਹ ਜਿਹੜੀ ਗੱਲ ਆ ਇਹ ਆਪਣੇ ਲੈਵਲ ਤੇ ਹੋਵੇ ਕਿ ਹਾਲੇ ਜਿਹੜੀ ਵੇਣੂ ਗੋਪਾਲ ਨੇ ਚਿੱਠੀ ਆਪਣੇ ਲੈਵਲ ਤੇ ਪਾਈ ਆ ਤੇ ਗੱਲ ਜਿਹੜੀ ਆ ਉਹ ਕਰਨੀ ਹੋਵੇ ਦੂਜੇ ਬੰਦੇ ਇੱਕ ਹੋਰ ਗੱਲ ਵੀ ਹੈਗੀ ਆ ਕਿ ਇੱਕ ਪਾਸੇ ਤੁਸੀਂ ਪੰਜਾਬ ਵਿੱਚ ਤਾਂ ਕਹਿ ਰਹੇ ਹੋ ਕਿ ਅਸੀਂ ਭ੍ਰਿਸ਼ਟਾਚਾਰ ਰਹਿਣ ਨਹੀਂ ਦੇਣਾ ਦੂਜੇ ਬੰਨੇ ਜਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਦਿੱਲੀ 'ਚ ਫੜ ਜਾਂਦੇ ਆ ਤਾਂ ਉਸ ਵੇਲੇ ਕਹਿੰਦੇ ਆ ਵਧੀਕੀ ਹੋ ਰਹੀ ਆ ਸੋ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਅਪੀਲ ਆ ਹੋ ਸਕਦਾ ਰੰਗ ਲਿਆਈ ਹੋਵੇ ਜਾਂ ਕਾਂਗਰਸ ਪਾਰਟੀ ਜਿਹੜੀ ਉਹਨੇ ਆਪਣੇ ਲੈਵਲ ਤੇ ਵੀ ਇਹ ਗੱਲ ਹੱਲ ਲੱਭ ਲਿਆ ਹੋਵੇ ਕਿ ਭਗਵੰਤ ਸਿੰਘ ਮਾਨ ਦੀ ਜਿਹੜੀ ਇੱਕ ਮੁਹਿੰਮ ਆ ਇਹਨਾਂ ਇੱਕ ਹੋਰ ਵੱਡੀ ਗੱਲ ਇਹ ਵੀ ਆ ਨਾ ਜੀ ਕਿ ਇਹਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਆ ਇਹਦੇ ਨਾਲ ਕਾਂਗਰਸ ਪਾਰਟੀ ਦੇ ਵਿਕਾਰ ਨੂੰ ਸੱਟ ਤਾਂ ਲੱਗਦੀ ਹੈ ਨਾ ਹੁਣ ਇੰਜ ਭਗਵੰਤ ਸਿੰਘ ਮਾਨ ਦੀ ਜਿਹੜੀ ਇਹ ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਇੱਕ ਕੰਪੇਨ ਆ ਇਹ ਤੋਂ ਇਹ ਲੱਗਦਾ ਕਿ ਕਾਂਗਰਸ ਸਾਰੀ ਦੀ ਸਾਰੀ ਭ੍ਰਿਸ਼ਟ ਸੀਗੀ ਤੁਸੀਂ ਦੇਖੋ ਕਿ ਸਾਧੂ ਸਿੰਘ ਧਰਮਸੋਤ ਨੂੰ ਅੰਦਰ ਕਰ ਦਿੱਤਾ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਅੰਦਰ ਕਰ ਦਿੱਤੇ ਫਿਰ ਜਿਹੜੇ ਸੀਗੇ ਉੱਥੋਂ ਹੁਸ਼ਿਆਰਪੁਰ ਤੋਂ MLA ਜਿਹੜੇ ਸੀਗੇ ਮੰਤਰੀ ਉਹਨਾਂ ਨੂੰ ਚੱਕ ਕੇ ਅੰਦਰ ਕਰ ਦਿੱਤਾ ਤੇ ਆਪਾਂ ਜੇ ਗੱਲ ਗਿਲਜੀਆ ਦੀ ਗੱਲ ਕਰ ਲਈਏ ਉਹ ਵੀ ਤੇ ਹੁਣ ਚੰਨੀ ਦੁਆਲੇ ਪਏ ਹੋਏ ਆ ਇਹਦਾ ਮਤਲਬ ਇਹ ਲੱਗਦਾ ਕਿ ਕਾਂਗਰਸ ਸਾਰੀ ਦੀ ਸਾਰੀ ਜਿਹੜੀ ਆ ਉਹ ਭ੍ਰਿਸ਼ਟਾਚਾਰ ਦੇ ਵਿੱਚ ਲਿਪਟ ਰਹੀ ਆ ਜੀ ਪਰ ਇਹ ਬਹੁਤ ਵੱਡੀ ਅੰਦਰਲੀ ਗੱਲ ਹੈਗੀ ਹੈ ਕਿ ਮਤਲਬ ਕਿ ਇੱਕ ਪਾਸੇ ਦਾ ਸੀਐਮ ਮਾਨ ਜੋ ਹੈ ਪੰਜਾਬ ਦੇ ਵਿੱਚ ਭ੍ਰਿਸ਼ਟ ਲੀਡਰਾਂ ਨੂੰ ਹੈ ਨਾ ਡੱਕਣ ਦੇ ਵਿੱਚ ਲੱਗੀ ਹੋਈ ਹੈ ਪਰ ਜੇਕਰ ਅਜਿਹੀਆਂ